ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਦੀ ਰਾਜਨੀਤੀ, ਦਲ ਖਾਲਸਾ ਦੇ ਵੱਖ ਵੱਖ ਮੁੱਦਿਆਂ ਦੇ ਨਜ਼ਰੀਆ ਅਤੇ ਸਾਡਾ ਪਾਰਟੀ ਦਾ ਜਿਹੜਾ ਅਗਲਾ ਪ੍ਰੋਗਰਾਮ ਹੈ ਉਸ ਸੰਬੰਧੀ ਸੱਦੀ ਗਈ ਹੈ। ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਜਿੱਥੇ ਗਰਮਾਈ ਹੋਈ ਹੈ, ਉੱਥੇ ਨਾਲ ਦੇ ਨਾਲ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਪ੍ਰਭਾਵ ਨੇ ਉਹ ਅਮਰੀਕਾ ਤੱਕ ਪਹੁੰਚੇ ਹੋਏ। ਅਮਰੀਕਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ 3 ਦਿਨ ਦੀ ਯਾਤਰਾ ਤੇ ਜਾ ਰਹੇ ਨੇ ਔਰ ਉਹਨਾਂ ਦੀ ਉੱਥੇ ਆਮਦ ਤੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਿਹੜਾ ਸਿੱਖ ਡਾਇਸਪੋਰਾ ਅਮਰੀਕਾ ਦੇ ਵਿੱਚ ਵੱਸਦਾ, ਖਾਸ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਉਹਨਾਂ ਵੱਲੋਂ 3 ਦਿਨ ਦਾ ਡਿਮੋਨਸਟ੍ਰੇਸ਼ਨ ਦਾ ਨਰਿੰਦਰ ਮੋਦੀ ਦੇ ਉੱਥੇ ਪਹੁੰਚਣ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ 3 ਦਿਨ ਦੇ ਪ੍ਰੋਗਰਾਮ ਨੇ ਉਹਨਾਂ ਨੂੰ ਮੁੱਖ ਰੱਖ ਕੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ। ਰੋਸ ਪ੍ਰਦਰਸ਼ਨ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਜਿੱਥੇ ਪੰਜਾਬ ਦੇ ਵਿੱਚ ਕਾਲੇ ਕਾਨੂੰਨਾਂ ਤਹਿਤ ਸਿੱਖ ਨੌਜਵਾਨਾਂ ਦੀ ਨਜ਼ਰਬੰਦੀਆਂ ਤੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ ਦੇ ਨਾਲ ਨਾਲ ਜਿਹੜਾ ਵਿਦੇਸ਼ਾਂ ਦੇ ਵਿੱਚ ਗੈਰ ਨਿਆਇਕ ਤਰੀਕੇ ਦੇ ਨਾਲ ਖਾਲਿਸਤਾਨੀ ਸਮਰਥਕਾਂ ਦੇ ਕਤਲ ਕੀਤੇ ਗਏ ਨੇ ਪਿਛਲੇ 1 ਸਾਲ ਦੇ ਵਿੱਚ, ਉਹ ਪ੍ਰਮੁੱਖ ਏਜੰਡੇ ਤੇ ਹੈ। ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਬੀਤਾ ਕੱਲ ਹੈ, US ਆਫੀਸ਼ਲਸ ਨੇ ਅਮਰੀਕਾ ਦੇ ਸਿੱਖ ਪ੍ਰਤੀਨਿਧਾਂ ਦੇ ਨਾਲ ਇੱਕ ਸਪੈਸ਼ਲ ਮੀਟਿੰਗ ਕੀਤੀ ਹੈ। 94 ਸਿੱਖ ਪ੍ਰਤੀਨਿਧ ਜਿਹੜੇ ਸਿੱਖ ਰੈਪ੍ਰੈਜੈਂਟੇਟਿਵ ਨੇ ਜਥੇਬੰਦੀਆਂ ਦੇ, ਉਹਨਾਂ ਨੂੰ ਬੁਲਾ ਕੇ US ਆਫੀਸ਼ਲਸ ਨੇ ਉਹਨਾਂ ਨੂੰ ਬਰੀਫ ਕੀਤਾ ਔਰ ਉਹਨਾਂ ਕੋਲੋਂ ਫੀਡਬੈਕ ਵੀ ਲਈ ਹੈ ਔਰ US ਆਫੀਸ਼ਲਸ ਨੇ ਜਿਹੜੀ ਡੈਲੀਗੇਸ਼ਨ ਨੂੰ ਮਿਲਿਆ ਉਹਦੇ ਵਿੱਚ ਡਾਕਟਰ ਪ੍ਰਿਤਪਾਲ ਸ਼ਾਮਲ ਸੀ, ਜਿਨ੍ਹਾਂ ਨੇ ਖੁਦ ਦੱਸਿਆ ਕਿ ਸਾਨੂੰ US ਆਫੀਸ਼ਲਸ ਨੇ ਯਕੀਨ ਦਵਾਇਆ ਕਿ ਜਦੋਂ ਮਿਸਟਰ ਬਾਈਡਨ US ਪ੍ਰੈਜ਼ੀਡੈਂਟ ਮਿਸਟਰ ਮੋਦੀ ਨੂੰ ਮਿਲਣਗੇ ਤੇ ਜਿਹੜੀ ਟਰਾਂਸ ਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜਾ ਵਿਦੇਸ਼ਾਂ ਦੇ ਵਿੱਚ ਭਾਰਤ ਏਜੰਸੀਆਂ ਹਾਇਰ ਕਰਕੇ ਸਿੱਖਾਂ ਨੂੰ ਕਤਲ ਕਰਵਾ ਰਹੀ ਹੈ, ਉਹ ਮੁੱਦਾ ਅਸੀਂ ਇੰਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ US ਪ੍ਰੈਜ਼ੀਡੈਂਟ ਉਠਾਉਣਗੇ। ਸੋ ਇਹ ਇੱਕ ਸਿੱਖ ਡਿਪਲੋਮੈਸੀ ਦੀ, ਸਿੱਖ ਐਕਟੀਵਿਜ਼ਮ ਦੀ ਇੱਕ ਸਕਸੈਸ ਹੈ ਕਿ ਅੱਜ US ਆਫੀਸ਼ਲਸ ਵੀ ਸਾਡੇ ਜਿਹੜੇ ਸਾਡੇ ਕਤਲ ਹੋ ਰਹੇ ਨੇ ਸਾਡੇ ਨਾਇਕਾਂ ਦੇ, ਉਹਨਾਂ ਦਾ ਮਸਲਾ US ਪ੍ਰਾਈਮ ਮਿਨਿਸਟਰ ਦੇ ਨਾਲ ਉਠਾਉਣਗੇ। ਦੂਸਰੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ US ਦੀ ਇੱਕ ਕੋਰਟ ਨੇ ਇੰਡੀਅਨ ਜਿਹੜੇ ਦਾਗੀ ਅਧਿਕਾਰੀ ਸੀ ਉਹਨਾਂ ਨੂੰ ਸੰਮਨ ਭੇਜਿਆ। ਬੇਸ਼ੱਕ ਇਹ ਸੰਮਨ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਪਟੀਸ਼ਨ ਤੇ ਭੇਜਿਆ ਗਿਆ, ਇਹਦਾ ਅੱਗੇ ਜਾ ਕੇ ਇਹਦਾ ਆਊਟਕਮ ਕੀ ਨਿਕਲਦਾ ਹਾਲੇ ਉਹ ਕਹਿਣਾ ਜਲਦਬਾਜ਼ੀ ਹੋਏਗੀ, ਇਹ ਐਂਡ ਕਿੱਥੇ ਹੁੰਦਾ ਅਜੇ ਅਸੀਂ ਕੁਛ ਨਹੀਂ ਕਹਿ ਸਕਦੇ। ਬਟ ਇੰਡੀਅਨ ਆਫੀਸ਼ਲਸ ਖਾਸ ਤੌਰ ਤੇ NSA ਜਿਹੜਾ ਆਲ ਪਾਵਰਫੁਲ ਇੰਡੀਆ ਦੇ ਵਿੱਚ, ਅਜੀਤ ਡੋਵਾਲ ਇਜ਼ ਆਲ ਪਾਵਰਫੁਲ ਨੈਕਸਟ ਟੂ ਮੋਦੀ ਐਂਡ ਸ਼ਾਹ,
ਅਜੀਤ ਡੋਵਾਲ ਦਾ ਇੰਡੀਅਨ ਪੋਲਿਟਿਕਸ ਦੇ ਵਿੱਚ ਨਾਂ ਆਉਂਦਾ ਹੈ, ਉਸ ਨੂੰ ਅਮਰੀਕਨ ਕੋਰਟ ਵੱਲੋਂ ਸੰਮਨ ਆਣਾ ਇਟ ਇਜ਼ ਇਨਫ ਕਿ ਇੰਡੀਆ ਦੀ ਜਿਹੜੀ ਹਿੱਟ ਐਂਡ ਟ੍ਰਾਇਲ ਪਾਲਿਸੀ ਹੈ, ਜਿਹੜੀ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਹੈ, ਉਹ ਇੰਟਰਨੈਸ਼ਨਲ ਫੋਰਮ ਤੇ ਐਕਸਪੋਜ਼ ਹੁੰਦੀ ਜਾ ਰਹੀ ਹੈ ਦਿਨ ਬੇ ਦਿਨ। ਕੋਰਟ ਵੱਲੋਂ ਸੰਮਨ ਆਣਾ, ਫਾਰਮਰ ਲਾਅ ਆਫੀਸਰ ਨੂੰ ਸੰਮਨ ਆਣਾ, ਜਿਹੜਾ ਦੂਸਰਾ ਯਾਦਵ ਸੀ ਉਹਨੂੰ ਸੰਮਨ ਆਣਾ, ਔਰ ਇੱਕ ਤਾਂ ਉਹਨਾਂ ਨੇ ਨਿਖਿਲ ਗੁਪਤਾ ਅਮੈਰੀਕਨਸ ਨੇ ਆਪਣੀ ਕਸਟਡੀ ਦੇ ਵਿੱਚ ਰੱਖਿਆ ਹੋਇਆ ਗਵਾਹ ਬਣਾ ਕੇ। ਸੋ ਇਹ ਸਾਰੇ ਜਿਹੜੇ ਡਿਵੈਲਪਮੈਂਟਸ ਨੇ ਇਹ ਦੱਸ ਰਹੇ ਨੇ ਕਿ ਇੰਡੀਅਨ ਡਿਪਲੋਮੈਸੀ ਟੋਟਲੀ ਫੇਲ ਹੋ ਗਈ। ਔਰ ਜਿਹੜੇ ਸਿੱਖ ਡਿਮੋਨਸਟ੍ਰੇਸ਼ਨ ਕਰਨ ਜਾ ਰਹੇ ਨੇ ਯੂਨਾਈਟਿਡ ਨੇਸ਼ਨਸ ਦੇ ਦਰਾਂ ਮੋਹਰੇ, ਜਿੱਥੇ 23 ਤਰੀਕ ਨੂੰ ਮਿਸਟਰ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਦੇਣਾ, ਐਡਰੈਸ ਕਰਨਾ, ਉਹ ਬਹੁਤ ਜ਼ਰੂਰੀ ਹੈ ਸਿੱਖਾਂ ਲਈ ਕਰਨਾ, ਕਿਉਂਕਿ ਇਕੱਲੇ ਡਾਇਸਪੋਰਾ ਹੀ ਨਹੀਂ, ਪੰਜਾਬ ਦੇ ਸਿੱਖ ਵੀ ਮਹਿਸੂਸ ਕਰਦੇ ਨੇ ਕਿ ਖਾਲਿਸਤਾਨ ਦੀ ਆਵਾਜ਼ ਨੂੰ ਦਬਾਉਣ ਲਈ ਇੰਡੀਆ ਇਸੇ ਪੈਟਰਨ ਤੇ ਜਿਹੜੇ ਪੰਜਾਬ ਦੇ ਵਿੱਚ ਖਾਲਿਸਤਾਨੀ ਵੋਇਸਿਸ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ, ਉਹਨਾਂ ਨੂੰ ਵੀ ਟਾਰਗੇਟ ਕਰ ਸਕਦੀ ਹੈ। ਸੋ ਇੰਡੀਆ ਨੂੰ, ਇੰਡੀਅਨ ਇਸ ਡਿਜ਼ਾਈਨ ਨੂੰ ਐਕਸਪੋਜ਼ ਕਰਨਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਜ਼ਰੂਰੀ ਹੋ ਗਿਆ। ਸੋ ਅਸੀਂ ਉਹ ਜਿਹੜੀਆਂ ਸਿੱਖ ਜਥੇਬੰਦੀਆਂ ਬਾਹਰ ਡਿਮੋਨਸਟ੍ਰੇਸ਼ਨ ਕਰ ਰਹੀਆਂ ਨੇ ਔਰ ਇਸ ਗੱਲ ਨੂੰ ਹਾਈਲਾਈਟ ਕਰ ਰਹੀਆਂ ਨੇ, ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਗੱਲ ਰੱਖ ਰਹੀਆਂ ਨੇ, ਜਿਹੜੀ ਡਿਪਰੈਸ਼ਨ ਸਾਡੇ ਤੇ ਹੋ ਰਹੀ ਹੈ, ਜੋ ਸਾਡੀ ਇੱਥੇ ਜੋ ਸਾਡੇ ਹਾਲਾਤ ਨੇ, ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ। ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ, ਉਹ ਵੀ ਅਮਰੀਕਾ ਪਹੁੰਚੇ ਹੋਏ, ਪਿੱਛੇ ਉਹਨਾਂ ਨੇ ਵੀ ਕੁਝ ਗੱਲਾਂ ਇਸ ਹਵਾਲੇ ਨਾਲ ਕੀਤੀਆਂ ਕਿ ਸਿੱਖਾਂ ਨੂੰ ਧਾਰਮਿਕ ਤੌਰ ਤੇ ਇੰਡੀਆ ਦੇ ਵਿੱਚ ਦਬਾਇਆ ਜਾ ਰਿਹਾ, ਜਾਤੀਆਂ ਹੋ ਰਹੀਆਂ ਨੇ, ਉਹਨਾਂ ਨੇ ਕੜਾ ਕਿਰਪਾਨ ਦੀ ਜਿਹੜੀ ਕਈ ਜਗ੍ਹਾ ਤੇ ਸਿੱਖ ਸਟੂਡੈਂਟਸ ਨੂੰ ਰੋਕਣ ਦੇ ਹਵਾਲੇ ਦਿੱਤੇ ਨੇ। ਕੰਟੈਂਟ ਉਹਨਾਂ ਦਾ ਠੀਕ ਹੈ, ਤੱਤ ਠੀਕ ਨੇ, ਬਟ ਸਾਡੇ ਲਈ ਸਵਾਲ ਹੈ ਕਿ ਬੋਲ ਕੌਣ ਰਿਹਾ? ਬੋਲ ਰਿਹਾ ਰਾਹੁਲ ਗਾਂਧੀ, ਬੋਲ ਰਿਹਾ ਉਸ ਪਰਿਵਾਰ ਦਾ ਵਾਰਿਸ ਜਿਹਦੀ ਦਾਦੀ ਨੇ, ਪਿਓ ਨੇ ਤੇ ਜਿਹਦੀ ਮਾਂ ਦੀ ਸਰਕਾਰ ਨੇ ਇਸ ਇਹ ਤੇ ਇਹੋ ਜਿਹੇ ਹੋਰ ਬਹੁਤ ਕੁਛ ਅਨਿਆਇ ਅਤਿਆਚਾਰ ਸਿੱਖਾਂ ਦੇ ਉੱਤੇ ਕੀਤੇ ਨੇ। ਠੀਕ ਹੈ, ਅੱਜ ਜੋ ਕਹਿ ਰਿਹਾ ਉਹ ਮੋਦੀ ਨੂੰ ਸ਼ੀਸ਼ਾ ਦਿਖਾਉਣ ਲਈ ਕਹਿ ਰਿਹਾ, ਆਪਣੇ ਵਿਰੋਧੀ ਨੂੰ ਸ਼ੀਸ਼ਾ ਦਿਖਾਉਣ ਲਈ ਕਹਿ ਰਿਹਾ, ਬਟ ਇਸ ਤੋਂ ਕਿਤੇ ਵੱਧ ਤਾਂ ਉਹਦੇ ਆਪਣੀ ਫੈਮਿਲੀਜ਼ ਦੀਆਂ ਜਿਹੜੀਆਂ ਗਵਰਨਮੈਂਟਸ ਬਣੀਆਂ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਕੀਤੇ ਨੇ। ਸੋ ਸਾਡੇ ਲਈ ਕਾਂਗਰਸ ਤੇ ਬੀਜੇਪੀ 'ਚ ਕੋਈ ਫਰਕ ਨਹੀਂ, ਗਾਂਧੀ ਤੇ ਮੋਦੀ ਵਿੱਚ ਕੋਈ ਫਰਕ ਨਹੀਂ, ਇਹ ਸਾਰੇ ਹਿੰਦੁੱਤਵ ਬ੍ਰੈਂਡ ਆਫ ਪੋਲੀਟਿਕਸ ਦੀ ਰਿਪ੍ਰੈਜੈਂਟੇਸ਼ਨ ਕਰਦੇ ਨੇ। ਸਾਨੂੰ, ਸਾਡੇ ਕੁਝ ਸਿੱਖ ਭਰਾਵਾਂ ਨੂੰ ਅੱਛਾ ਲੱਗਾ ਕਿ ਇੱਕ ਬਹੁਤ ਵੱਡਾ ਸਿਆਸਤਦਾਨ ਬੋਲ ਰਿਹਾ, ਬਹੁਤ ਵੱਡਾ ਬੋਲ ਜ਼ਰੂਰ ਰਿਹਾ, ਬਟ ਉਹਦੀਆਂ ਇੰਟੈਂਸ਼ਨਸ ਦੇਖੋ ਕਿ ਉਹ ਕਿਉਂ ਬੋਲ ਰਿਹਾ, ਉਹ ਸਾਡੀ ਫੇਵਰ ਨਹੀਂ ਕਰ ਰਿਹਾ, ਉਹ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਚਿੱਤ ਕਰਨ ਲਈ ਬੋਲ ਰਿਹਾ, ਬਟ ਸਾਡੇ ਲਈ ਤਾਂ ਉਹ ਸਾਰੇ ਇੱਕੋ ਜਿਹੇ ਨੇ, ਇਹਨਾਂ ਨੇ ਵੀ ਉਹੀ ਕੁਝ ਕੀਤਾ ਜੋ ਅੱਜ ਮੋਦੀ ਕਰ ਰਿਹਾ। ਜਿਸ ਕੋਲ ਦਿੱਲੀ ਦੀ ਸੱਤਾ ਆਈ ਹੈ ਉਹਨੇ ਸਾਡੇ ਨਾਲ ਇਸੇ ਤਰ੍ਹਾਂ ਹੀ ਕੀਤਾ ਜੋ ਅੱਜ ਦੇ ਸੱਤਾਧਾਰੀ ਕਰ ਰਹੇ। ਸੋ ਮੈਂ ਸਮਝਦਾ ਕਿ ਇੱਦਾਂ ਦੀ ਜਿਹੜੀ ਪੋਲੀਟਿਕਸ ਹੈ, ਜਿਸ ਤਰ੍ਹਾਂ ਦੀ ਉਹ ਕਰ ਰਿਹਾ, ਸਾਨੂੰ ਇਗਨੋਰ ਕਰਨਾ ਚਾਹੀਦਾ ਇਹਨਾਂ ਦੇ ਬਿਆਨਾਂ ਨੂੰ, ਔਰ ਸਮਝਣਾ ਚਾਹੀਦਾ ਕਿ ਇਹਨਾਂ ਦੀ ਇੰਟੈਂਸ਼ਨ ਸਾਡੇ ਫੇਵਰ ਵਾਲੀਆਂ ਨਹੀਂ ਹਨ। ਇੰਡੀਆ ਦੇ ਵਿੱਚ
ਬੀਜੇਪੀ ਕੋਲ ਇੱਕ ਨਵੀਂ ਨਵੀਂ ਜਿਹੜੇ ਉਹਨਾਂ ਦੇ MP ਬਣੀ ਹੈ ਲੇਡੀ ਕੰਗਨਾ ਰਣੌਤ, ਉਹ ਵਾਰ ਵਾਰ ਕਦੀ ਫਿਲਮ ਦੇ ਹਵਾਲੇ ਨਾਲ, ਕਦੀ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ ਵਾਰ ਵਾਰ ਬੜੇ ਡੈਰੋਗੇਟਰੀ ਰਿਮਾਰਕਸ ਦੇ ਰਹੀ ਹੈ, ਅਪਮਾਨਜਨਕ ਟਿੱਪਣੀਆਂ ਕਰ ਰਹੀ ਹੈ। ਇਸ ਵਾਰ ਉਹਨੇ ਕਿਸੇ ਨੂੰ ਇੰਟਰਵਿਊ ਦਿੰਦੇ ਹੋਏ ਸਨ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉੱਤੇ ਬੜਾ ਅਪਮਾਨਜਨਕ ਵਿਅੰਗ ਕੀਤਾ। ਉਹਨੂੰ ਪ੍ਰੋਬਲਮ ਹੈ ਕਿ ਸੰਤ ਦੇ ਹੱਥ ਵਿੱਚ AK-47 ਕਿਵੇਂ ਆ ਸਕਦੀ ਹੈ ਜਾਂ ਕਿਵੇਂ ਫੱਬਦੀ ਹੈ। ਅਸੀਂ ਉਹਦੀ ਗੱਲ ਦਾ ਜਵਾਬ ਦਿੰਦੇ ਹੋਏ ਪੂਰੇ ਇੰਡੀਅਨ ਸਮਾਜ ਨੂੰ ਅਤੇ ਇੰਡੀਅਨ ਪੋਲੀਟੀਸ਼ੀਅਨਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਕੇਵਲ ਸੰਤ ਨਹੀਂ ਸੀ, ਉਹ ਸੰਤ ਸਿਪਾਹੀ ਸੀਗੇ। ਹੀ ਵਾਜ਼ ਅ ਟਰੂ ਸੇਂਟ ਸੋਲਜਰ। ਤੇ ਵੈਸੇ ਵੀ ਹਰ ਧਰਮ ਦੇ ਪੈਗੰਬਰਾਂ ਨੇ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਔਰ ਖੁਦ ਵੀ ਰੱਖਦੇ ਰਹੇ ਨੇ, ਔਰ ਉਹਨਾਂ ਨੇ ਆਪਣੇ ਟਰੂ ਡਿਸਿਪਲਿਨ ਨੂੰ, ਆਪਣੇ ਫੋਲੋਅਰਸ ਨੂੰ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੈ, ਔਰ ਇਕੱਲੀ ਇਜਾਜ਼ਤ ਨਹੀਂ ਦਿੱਤੀ, ਜ਼ਾਲਮ ਦਾ ਨਾਸ ਕਰਨ, ਮਜ਼ਲੂਮ ਦੀ ਰੱਖਿਆ ਕਰਨ ਤੇ ਸੈਲਫ ਡਿਫੈਂਸ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ। ਸੋ ਬਾਰ ਬਾਰ ਇੱਦਾਂ ਦੀਆਂ ਗੱਲਾਂ ਕਰਕੇ ਇਹ ਲੇਡੀ ਆਪਣੇ ਲਈ ਪ੍ਰੋਬਲਮ ਪਾ ਰਹੀ ਹੈ, ਸਾਡੇ ਲਈ ਕੋਈ ਪ੍ਰੋਬਲਮ ਨਹੀਂ ਪਾ ਰਹੀ, ਸਾਨੂੰ ਪ੍ਰਵੋਕ ਜ਼ਰੂਰ ਕਰ ਰਹੀ ਹੈ, ਸਾਨੂੰ ਉਤੇਜਿਤ ਕਰ ਰਹੀ ਹੈ, ਭੜਕਾ ਰਹੀ ਹੈ, ਪਰ ਪ੍ਰੋਬਲਮ ਉਹ ਆਪਣੇ ਲਈ ਪਾ ਰਹੀ ਹੈ। ਔਰ ਸਾਨੂੰ ਸਮਝ ਨਹੀਂ ਆਉਂਦੀ ਕਿ BJP ਕੋਲ ਕੋਈ ਮਰਦ ਨਹੀਂ ਹੈਗਾ ਸਿੱਖਾਂ ਨਾਲ ਪੰਗਾ ਲੈਣ ਲਈ, ਉਹਨੇ ਇੱਕ ਲੇਡੀ ਅੱਗੇ ਕੀਤੀ ਹੋਈ ਹੈ। ਔਰ ਜੇ ਕਿਸੇ ਜਜ਼ਬਾਤੀ ਤੇ ਗੁੱਸੇ ਵਿੱਚ ਆਏ ਹੋਏ ਸਿੱਖ ਨੇ ਕੋਈ ਵੀ ਕਦਮ ਇਸ ਲੇਡੀ ਦੇ ਖਿਲਾਫ ਚੁੱਕ ਲਿਆ ਬੋਲਾਂ ਰਾਹੀਂ ਜਾਂ ਅਦਰਵਾਈਜ਼, ਤਾਂ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਵਾਵੇਲਾ ਉੱਠੇਗਾ, ਇੱਕ ਤੂਫਾਨ ਉੱਠੇਗਾ, ਜਿਹਦੇ ਵਿੱਚ ਸਿੱਖਾਂ ਨੂੰ ਫਿਰ ਦੁਬਾਰਾ ਦਹਿਸ਼ਤਗਰਦ ਤੇ ਹਿੰਸਕ ਲੋਕ ਵਜੋਂ ਲੇਬਲ ਕੀਤਾ ਜਾਏਗਾ। ਬਟ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਉਹ ਟੋਟਲੀ ਖਾਮੋਸ਼ ਨੇ, ਔਰ ਉਹ ਇਸ ਲੇਡੀ ਦੀ ਜ਼ੁਬਾਨ ਬੰਦ ਨਹੀਂ ਕਰ ਰਹੇ, ਉਹ ਇਸ ਨੂੰ ਹਦਾਇਤ ਨਹੀਂ ਕਰ ਰਹੇ ਕਿ ਸ਼ੀ ਸ਼ੁਡ ਸ਼ਟ ਹਰ ਮਾਊਥ, ਔਰ ਉਹ ਹਾਲਾਤ ਪੈਦਾ ਕਰ ਰਹੇ ਨੇ ਕਿ ਸਿੱਖ ਉਤੇਜਿਤ ਹੋਣ, ਪ੍ਰਵੋਕ ਹੋਣ ਤੇ ਫਿਰ ਉਹ ਕੋਈ ਐਕਟ ਕਰਨ ਤੇ ਫਿਰ ਸਿੱਖਾਂ ਨੂੰ ਲੇਬਲ ਕੀਤਾ ਜਾਵੇ ਕਿ ਇਹ ਵਾਇਲੈਂਟ ਨੇ, ਇਹ ਦਹਿਸ਼ਤਗਰਦ ਨੇ। ਸੋ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਪੂਰੇ ਤਰੀਕੇ ਨਾਲ ਰਿਸਪੋਂਸੀਬਲ ਹੋਣਗੇ ਅਗਰ ਕਿਸੇ ਸਿੱਖ ਨੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਹਾਰਡ ਰਿਸਪੋਂਡ ਕੀਤਾ। ਇੱਕ ਬ੍ਰਾਂਡ ਤਾਂ ਇਹ ਹੈ BJP ਕੋਲ, ਦੂਜਾ ਬ੍ਰਾਂਡ ਹੈ ਰਮਨੀਤ ਬਿੱਟੂ ਵਰਗੇ, ਉਹਨਾਂ ਨੂੰ ਅਚਨਚੇਤ ਸਿੱਖਾਂ ਪ੍ਰਤੀ ਹੇਤ ਜਾਗ ਗਿਆ। ਹੁਣ ਉਹ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ, ਮੈਂ ਇੱਕ ਸਿੱਖ ਵਜੋਂ ਰਾਹੁਲ ਗਾਂਧੀ ਨੂੰ ਟੈਰਰਿਸਟ ਪੇਂਟ ਕਰ ਰਿਹਾ ਜਾਂ ਰਾਹੁਲ ਗਾਂਧੀ ਦੇ ਖਿਲਾਫ ਬੋਲ ਰਿਹਾ। ਸਾਰੀ ਉਮਰ ਉਹਦਾ ਪਰਿਵਾਰ ਕਾਂਗਰਸੀ ਲੀਡਰ ਤੇ ਖਾਸ ਤੌਰ ਤੇ ਗਾਂਧੀ ਪਾਮ ਫੈਮਿਲੀ ਦੇ ਬੂਟ ਪਾਲਿਸ਼ ਕਰਦੇ ਰਹੇ, ਉਹਨਾਂ ਦੀ ਚਮਚੀ ਕਰਦੇ ਰਹੇ ਨੇ, ਔਰ ਉਸੇ ਕਰਕੇ ਇਹਦੇ ਦਾਦੇ ਨੂੰ ਚੀਫ ਮਿਨਿਸਟਰਸ਼ਿਪ ਮਿਲੀ ਸੀ। ਤੇ ਜਦੋਂ ਉਹਦੇ ਜ਼ੁਲਮਾਂ ਦੀ ਅੱਤ ਹੋ ਗਈ ਤੇ ਜਦੋਂ ਸਿੰਘਾਂ ਨੇ ਉਹਨੂੰ ਪਨਿਸ਼ ਕੀਤਾ ਤੇ ਫਿਰ ਉਹ ਗਾਂਧੀ ਫੈਮਿਲੀ ਨੇ ਦਾਦੇ ਵਾਲੀ ਜਿਹੜੀ ਫੇਵਰ ਸੀ ਉਹ ਪੋਤਰੇ ਨੂੰ ਵੀ ਦੇ ਦਿੱਤੀ, ਤੇ ਇਹ ਵੀ MP ਬਣਦਾ ਰਿਹਾ ਕਾਂਗਰਸ ਦੀ ਟਿਕਟ ਤੇ। ਸਾਰੀ ਜ਼ਿੰਦਗੀ ਇਹਨੇ ਕਾਂਗਰਸ ਦੇ ਕੋਲੋਂ ਫੇਵਰਸ ਲਏ, ਇਹਦੀ ਫੈਮਿਲੀ ਨੇ ਫੇਵਰਸ ਲਏ, ਹੁਣ ਇਹ ਨਵਾਂ ਨਵਾਂ ਮੁਸਲਮਾਨ ਬਣ ਗਿਆ। ਸੋਰੀ ਟੂ ਸੇ,
ਇਹ ਕਹਾਵਤ ਹੈ, ਮਤਲਬ ਹੁਣ ਤਾਜ਼ਾ ਤਾਜ਼ਾ ਉਹ ਭਾਜਪਾ ਚ ਗਿਆ, ਹੁਣ ਉਹਦੇ ਤੇ ਹਿੰਦੁੱਤਵ ਰੰਗ ਚੜ ਗਿਆ ਤੇ ਹੁਣ ਉਹਨੂੰ ਅਚਨਚੇਤ ਇਕਦਮ ਸਿੱਖਾਂ ਦਾ ਹੇਤ ਜਾ ਗਿਆ ਔਰ ਉਹ ਇੱਕ ਅੱਛਾ ਸਿੱਖ ਹੋਣ ਦਾ ਇੱਕ ਟਕਵਾਂਝ ਕਰ ਰਿਹਾ। ਸੋ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ, ਨਾ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਮਗਰ ਜਾਣ, ਨਾ ਉਹ ਰਵਨੀਤ ਵਰਗੇ ਜਿਹੜੇ ਮਤਲਬ ਨਵੇਂ ਨਵੇਂ ਮਤਲਬ ਜਿਹਨਾਂ ਨੇ ਪਾਰਟੀ ਬਦਲੀ ਹੈ ਉਹਨਾਂ ਦੀਆਂ ਸਟੇਟਮੈਂਟਸ ਦੇ ਮਗਰ ਜਾਣ, ਤੇ ਨਾ ਹੀ ਜਿਹੜੀ ਕੰਗਨਾ ਆ ਉਹਦੀਆਂ ਸਟੇਟਮੈਂਟਸ ਤੋਂ ਪ੍ਰਵੋਕ ਹੋਣ। ਕੰਗਨਾ ਪੁੱਛਦੀ ਹੈ ਔਰ ਕਹਿੰਦੀ ਹੈ, ਬੜੇ ਕਲੇਮ ਕਰਦੀ ਹੈ, ਦਾਅਵਾ ਕਰਦੀ ਹੈ ਕਿ ਕੋਈ ਸਿੱਖ ਸੰਤਾਂ ਨੂੰ ਸੰਤ ਨਹੀਂ ਮੰਨਦਾ, 99% ਦਾ ਉਹਨੇ ਹਵਾਲਾ ਦਿੱਤਾ ਹੈ ਹਿੰਦੁਸਤਾਨ ਦੇ ਲੋਕ ਤੇ ਕੰਗਨਾ ਤੇ ਇਹੋ ਜਿਹੇ ਬਹੁਤ ਸਾਰੇ ਸਿਆਸਤਦਾਨ। ਇੱਕ ਗੱਲ ਸਮਝ ਲੈਣ ਕਿ ਜਿਸ ਕੌਮ ਨੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਬਣਾ ਦਿੱਤੀ, ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੁੰਦੀ। ਅਸੀਂ ਅਲਟੀਮੇਟ ਟ੍ਰਿਬਿਊਟ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕੌਮ ਨੇ ਦੇ ਦਿੱਤਾ ਹੈ। 99% ਦੀ ਜਾਂ ਕਿਸੇ ਵੀ ਪਰਸੈਂਟੇਜ ਦੀ ਗੱਲ ਦਾ ਕੋਈ ਅਰਥ ਕੋਈ ਮਹਿਨਾ ਨਹੀਂ ਰਹਿ ਜਾਂਦਾ ਜਦੋਂ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਉਸਾਰੀ ਗਈ ਹੈ। ਸੋ ਅਲਟੀਮੇਟ ਟ੍ਰਿਬਿਊਟ ਪੂਰੀ ਕਮਿਊਨਿਟੀ ਨੇ ਦਿੱਤਾ ਜਦੋਂ ਦਰਬਾਰ ਸਾਹਿਬ 'ਚ ਉਹਨਾਂ ਦੀ ਯਾਦਗਾਰ ਬਣੀ ਹੈ। ਸੋ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਸਿਆਸਤਦਾਨਾਂ ਦੇ ਮੂੰਹ ਬੰਦ ਕਰਾ ਦੇਣੇ ਚਾਹੀਦੇ ਨੇ, ਨਹੀਂ ਤਾਂ ਇਹ ਜਿਹੜੀ ਜਿਸ ਪਾਸੇ ਗੱਲ ਜਾ ਰਹੀ ਹੈ ਇਹ ਆਪਸੀ ਜਿਹੜੀ ਕੜਵਾਹਟ ਹੈ, ਆਪਸੀ ਜਿਹੜੀ ਦੂਰੀਆਂ ਉਹਨੂੰ ਵਧਾਏਗੀ ਘਟਾਏਗੀ। ਸਰਦਾਰ ਕੰਵਰਪਾਲ ਸਿੰਘ ਹੋਣਾ ਦੇ ਸਿੱਖਾਂ ਦੀ ਰਾਜਨੀਤੀ ਅੰਤਰਰਾਸ਼ਟਰੀ ਪੱਧਰ ਤੇ ਔਰ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਚਰਚਿਤ ਹੈ ਉਹਦੇ ਬਾਰੇ ਤੁਹਾਡੇ ਨਾਲ ਪਾਰਟੀ ਦੇ ਵਿਚਾਰ ਸਾਂਝੇ ਕੀਤੇ ਨੇ। ਬਹੁਤ ਸਾਰੀਆਂ ਗੱਲਾਂ ਬੜੇ ਸਾਫ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ ਗਏ ਨੇ, ਪੇਸ਼ ਕਰ ਗਏ ਨੇ। ਸਿਰਫ ਅੱਧੇ ਮਿੰਟ ਦੇ ਵਿੱਚ ਮੈਂ ਜਿਹੜੀ ਇੱਕ ਗੱਲ ਆ ਉਹਨਾਂ ਦੀ ਗੱਲ ਦੇ ਵਿੱਚ ਕਰਕੇ ਤੇ ਆਪਣਾ ਪਾਰਟੀ ਦਾ ਅਗਲਾ ਪ੍ਰੋਗਰਾਮ ਉਲੀਕਿਆ ਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਕੰਗਣਾ ਰਣੌਤ ਦੇ ਬਾਰੇ ਗੱਲ ਹੋਈ, ਜਿਸ ਤਰੀਕੇ ਦੇ ਨਾਲ ਉਹਨੇ ਕੁਐਸਚਨਿੰਗ ਕੀਤੀ ਜਾਂ ਸਿੱਖਾਂ ਦੇ ਉੱਤੇ ਉਂਗਲ ਚੁੱਕੀ, ਖਾਸ ਤੌਰ ਤੇ ਸੰਤ ਜਰਨੈਲ ਸਿੰਘ ਦੇ ਉੱਤੇ ਉਂਗਲ ਚੁੱਕੀ, ਔਰ ਕੱਲੀ ਇੱਕ ਉਸ ਲੇਡੀ ਨੇ ਨਹੀਂ, ਬਹੁਤ ਸਾਰੇ ਲੋਕ ਇਹ ਸਵਾਲ ਕਰ ਦਿੰਦੇ। ਆਮ ਹੀ ਹਿੰਦੁਸਤਾਨ ਦੇ ਵਿੱਚ ਇਹ ਸਵਾਲ ਆ ਜਾਂਦਾ ਕਿ ਸੰਤ ਦੇ ਹੱਥ ਦੇ ਵਿੱਚ ਹਥਿਆਰ ਕਦਾਂ ਦੇ, ਉਹ ਸੰਤ ਕਰ ਵੈਸੇ ਤਾਂ ਜਵਾਬ ਦੇ ਗਏ ਨੇ, ਬਖੂਬੀ ਦੇ ਗਏ ਨੇ। ਮੈਂ ਸਿਰਫ ਉਹਨਾਂ ਨੂੰ ਹੋਰ ਜ਼ਿਆਦਾ ਕਲੀਅਰ ਕਰਨ ਦੇ ਲਈ ਆਪਣੇ ਲੋਕਾਂ ਦੇ ਵਿੱਚ ਇੱਕ ਗੱਲ ਰੱਖਣ ਲੱਗਾ ਤੇ ਇੰਡੀਆ ਦੇ ਲੋਕਾਂ ਦੇ ਸਾਹਮਣੇ ਗੱਲ ਰੱਖਣ ਲੱਗਾ ਹਾਂ। ਕੋਈ ਕੰਪੈਰੀਜ਼ਨ ਨਹੀਂ ਗਾ, ਇਹਨੂੰ ਤਰੋੜਿਆ ਮਰੋੜਿਆ ਨਾ ਜਾਵੇ, ਕੋਈ ਕਿਸੇ ਦੀ ਜਗ੍ਹਾ ਨਹੀਂ ਲੈ ਰਿਹਾ, ਸਿਰਫ ਇੱਕ ਹਵਾਲਾ ਦੇਣ ਲੱਗਾ ਹਾਂ, ਖਾਸ ਤੌਰ 'ਤੇ ਬੀਜੇਪੀ ਅਤੇ ਉਹਦੇ ਵਰਕਰਾਂ ਨੂੰ ਜਿਹੜੇ ਸਾਰੇ ਸਵਾਲ ਚੁੱਕਦੇ ਨੇ ਕਿ ਸੰਤ ਜਰਨੈਲ ਸਿੰਘ ਦੇ ਹੱਥ ਦੇ ਵਿੱਚ 47 ਦੇ ਤੀਰ ਉਵੇਂ ਫੱਬਦੇ ਆ ਜਿਵੇਂ ਰਾਮ ਦੇ ਹੱਥ ਦੇ ਵਿੱਚ ਤੁਹਾਡਾ ਤੀਰ ਕਮਾਨ ਫੱਬਦਾ, ਇਹ ਉਵੇਂ ਫੱਬਦੇ ਆ ਜਿਵੇਂ ਸ਼ਿਵਜੀ ਦੇ ਹੱਥ ਦੇ ਵਿੱਚ ਤ੍ਰਿਸ਼ੂਲ ਫੱਬਦਾ, ਇਹ ਉਵੇਂ ਫੱਬਦੇ ਆ ਜਿਵੇਂ ਸ਼੍ਰੀ ਕ੍ਰਿਸ਼ਨ ਦੇ ਹੱਥ ਦੇ ਜੁੰਗਲ ਦੇ ਵਿੱਚ ਸੁਦਰਸ਼ਨ ਚੱਕਰ ਫੱਬਦਾ, ਇਹ ਉਵੇਂ ਫੱਬਦੇ ਆ ਜਿਵੇਂ ਹੋਰ ਕਈ ਦੇਵੀ ਦੇਵਤਿਆਂ ਦੇ ਹੱਥਾਂ ਦੇ ਵਿੱਚ ਕਈਆਂ ਦੇ 6-6 7-7
ਹਥਿਆਰ ਮੰਦਰਾਂ ਦੇ ਵਿੱਚ ਫੱਬਦੇ ਤੇ ਜੇ ਉਹ ਫੱਬਦੇ ਨੇ ਨਾ ਤੇ ਫਿਰ ਸੰਤ ਜਰਨੈਲ ਸਿੰਘ ਦੇ ਹੱਥ ਦੇ ਵਿੱਚ ਵੀ ਫੱਬਦਾ ਹੈ। ਸਾਨੂੰ ਤੇ ਦਿੱਤਾ ਹੀ ਸੰਤ ਸਿਪਾਹੀ ਦਾ ਖਿਤਾਬ ਗੁਰੂ ਮਹਾਰਾਜ ਨੇ ਆਪ ਆ। ਸੋ ਉਹ ਲੈਗੇਸੀ ਨੂੰ ਲੈ ਕੇ ਸੰਤ ਜਰਨੈਲ ਸਿੰਘ ਅੱਗੇ ਤੁਰਿਆ, ਅੱਗੇ ਵੀ ਸਿੱਖ ਇਵੇਂ ਹੀ ਤੁਰਦੇ ਰਹਿਣਗੇ। ਔਰ ਸ਼ਸਤਰਾਂ ਨੂੰ ਜਿਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਣਾ ਉਹਦੇ ਬਾਰੇ ਸਰਦਾਰ ਕੰਵਰਪਾਲ ਸਿੰਘ ਹੋਣਾ ਨੇ ਜਵਾਬ ਦੇ ਦਿੱਤੇ ਹੋਏ। ਜਿਹੜਾ ਪਾਰਟੀ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਆ, ਸੰਤ ਜਰਨੈਲ ਸਿੰਘ ਹੋਣਾ ਦੀ ਗੱਲ ਚੱਲਦੀ ਆ, ਉਹਦੇ ਨਾਲ ਸੰਬੰਧਿਤ ਹੀ ਪਾਰਟੀ ਦੇ ਵੱਡੇ ਆਗੂ ਜੁੜੇ ਨੇ। ਸਰਦਾਰ ਗਜਿੰਦਰ ਸਿੰਘ ਹੋਣਾ ਦੇ ਬਾਰੇ ਸੰਤ ਜਰਨੈਲ ਸਿੰਘ ਆਪਣੇ ਭਾਸ਼ਣਾਂ ਦੇ ਵਿੱਚੋਂ ਆਮ ਹੀ ਬੋਲ ਦਿੰਦੇ ਕਿ ਸਰਦਾਰ ਗਜਿੰਦਰ ਸਿੰਘ ਅਤੇ ਉਹਦੇ ਸਾਥੀਆਂ ਨੇ ਮੈਨੂੰ ਖਰੀਦਿਆ ਹੈ। ਜਦੋਂ ਕਹਿੰਦੇ ਵੀ ਸਰਕਾਰ ਵੀ ਸੰਤ ਜਰਨੈਲ ਸਿੰਘ ਨੂੰ ਖਰੀਦ ਲਿਆ ਕਿਸੇ ਨੇ, ਜਦੋਂ ਕਹਿੰਦੇ ਮੈਨੂੰ ਖਰੀਦਿਆ ਆ, ਪਰ ਫਿਰ ਨਾਮ ਲੈ ਕੇ ਕਹਿੰਦੇ ਵੀ ਮੈਨੂੰ ਖਰੀਦਿਆ ਦਰ ਖਾਲਸਾ ਦੇ ਨੌਜਵਾਨਾਂ ਨੇ, ਭਾਜੀ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ। ਕਿਵੇਂ ਤਕਰੀਬਨ ਅੱਜ ਤੋਂ 43 ਸਾਲ ਪਹਿਲਾਂ, ਅੱਜ 21 ਤਰੀਕ ਹੈ ਔਰ ਠੀਕ 43 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਔਰ ਉਸ ਗ੍ਰਿਫਤਾਰੀ ਦੇ ਰੋਸ ਵਜੋਂ ਸੜਕਾਂ ਦੇ ਉੱਤੇ ਉਤਰੇ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਇੱਕ ਝੂਠਾ ਕੇਸ ਉਹਨਾਂ 'ਤੇ ਪਾਇਆ ਜਾਂਦਾ ਜਿਸ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ। ਦਲ ਖਾਲਸਾ ਜਿਹੜਾ 1978 ਦੇ ਵਿੱਚ ਹੋਂਦ ਦੇ ਵਿੱਚ ਆਇਆ, ਉਹ ਇਸ 2-3 ਸਾਲ ਖਾਸ ਤੌਰ 'ਤੇ ਜਦੋਂ ਨਿਰੰਕਾਰੀ ਕਾਂਡ ਵਾਪਰਿਆ ਵਿਸਾਖੀ ਦਾ, ਉਸ ਤੋਂ ਬਾਅਦ ਸਿੱਖ ਸਫਾਂ ਦੇ ਵਿੱਚ ਉਹ ਐਕਟਿਵ ਸੀ, ਉਹਨਾਂ ਦੇ ਨੌਜਵਾਨ ਜਿੰਨੇ ਐਕਟਿਵ ਸੀਗੇ ਕੰਮ ਕਰਦੇ ਸੀ, ਆਪਣਾ ਨਜ਼ਰੀਆ ਜਿਹੜਾ ਪੇਸ਼ ਕਰਦੇ। ਸੰਤ ਜਰਨੈਲ ਸਿੰਘ ਹੋਣਾ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ 29 ਸਤੰਬਰ ਨੂੰ ਸਰਦਾਰ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਭਾਈ ਸਤਨਾਮ ਸਿੰਘ ਕੌਂਡਾ ਸਾਹਿਬ, ਰਜਿੰਦਰਪਾਲ ਸਿੰਘ ਹੋਣੀ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ, ਇਹਨਾਂ ਨੇ ਇੱਕ ਇੰਡੀਅਨ ਬੋਇੰਗ ਹਾਈਜੈਕ ਕੀਤਾ। ਔਰ ਮੈਂ ਇੱਥੇ ਇਹ ਵੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਦੁਨੀਆ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਹਾਈਜੈਕਿੰਗਸ ਹੋ ਚੁੱਕੀਆਂ ਸੀ ਔਰ ਇੱਕ ਇਹ ਤਰੀਕਾ ਅਪਣਾਇਆ ਗਿਆ ਸੀ, ਜਿਹੜੇ ਦੱਬੇ ਹੋਏ ਲੋਕ ਸੀ, ਜਿਹੜੀਆਂ ਦੱਬੀਆਂ ਹੋਈਆਂ ਕੌਮਾਂ ਸੀ, ਉਹ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਇਹ ਇੱਕ ਰੋਸ ਵਜੋਂ ਇਹੋ ਜਿਹੀ ਐਕਟੀਵਿਟੀ ਜਿਹੜੀ ਆ ਉਹ ਕਰਦੇ ਰਹੇ। ਔਰ ਇਸ ਹਾਈਜੈਕਿੰਗ ਦੇ ਵਿੱਚ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ ਗਿਆ, ਇਹਦੀਆਂ ਵੀਡੀਓਜ਼ ਸਾਰਿਆਂ ਦੇ ਸਾਹਮਣੇ। ਉਹ ਕੀਤਾ ਕਿਉਂ ਗਿਆ, ਕਿਉਂ ਸਰਦਾਰ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਆਪਣੇ ਘਰ ਪਰਿਵਾਰ ਛੱਡਣੇ ਪਏ? ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਉਹਨਾਂ ਦੀ ਗ੍ਰਿਫਤਾਰੀ, ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ ਗਏ ਉਹਦੇ ਰੋਸ ਵਜੋਂ, ਔਰ ਇੱਕ ਲੰਮੇ ਸਮੇਂ ਦਾ ਚੱਲਿਆ ਆ ਰਿਹਾ ਸੰਘਰਸ਼ ਜਿਸ ਵੱਲ ਸਰਕਾਰ ਦੀ ਕੋਈ ਨਜ਼ਰ ਨਹੀਂ, ਜਿਸ ਨੂੰ ਸਰਕਾਰ ਕੋਈ ਤਵੱਜੋ ਨਹੀਂ ਸੀ ਦੇ ਰਹੀ, ਜਾਂ ਜੇ ਦੇ ਵੀ ਰਹੀ ਤਾਂ ਬੜੀ ਨਾ ਪੱਖੀ ਦੇ ਰਹੀ ਸੀ ਉਸ ਸਿੱਖ ਸੰਘਰਸ਼ ਵੱਲ, ਪੰਜਾਬ ਦੀਆਂ ਮੰਗਾਂ ਵੱਲ, ਪੰਜਾਬ ਦੇ ਆਜ਼ਾਦੀ ਸੰਘਰਸ਼ ਵੱਲ ਦੁਨੀਆ ਦਾ ਧਿਆਨ ਖਿੱਚਣ ਦੇ ਲਈ ਇਹ ਇੱਕ ਐਕਟ ਦਲ ਖਾਲਸਾ ਵੱਲੋਂ ਕੀਤਾ ਗਿਆ ਸੀ। ਉਹਨਾਂ ਦੀ ਇਸ ਐਕਟ ਦੇ ਕਾਰਨ ਨੌਜਵਾਨਾਂ ਨੇ 13-13 ਸਾਲ ਕੈਦ ਵੀ ਕੱਟੀ ਔਰ ਸਰਦਾਰ ਗਜਿੰਦਰ ਸਿੰਘ ਹੋਣੀ ਉਸ ਕੈਦ ਕੱਟਣ ਤੋਂ ਬਾਅਦ ਵੀ
30 ਸਾਲ ਉਹਨਾਂ ਨੇ ਜਲਾਵਤਨੀ ਵੀ ਕੱਟੀ ਤੇ ਉਹਨਾਂ ਦੀ ਜਲਾਵਤਨੀ ਜਾਰੀ ਰਹੀ ਉਹਨਾਂ ਦੇ ਆਖਰੀ ਸਾਹਾਂ ਤੱਕ। ਔਰ ਜਿਹੜੀ ਗੱਲ ਉਹ ਆਪਣੀਆਂ ਲਿਖਤਾਂ ਦੇ ਵਿੱਚ ਆਪਣੀਆਂ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਗਜਿੰਦਰ ਸਿੰਘ ਉਸ ਧਰਤੀ ਤੇ ਦੁਬਾਰਾ ਨਹੀਂ ਉਦੋਂ ਤੱਕ ਪੈਰ ਰੱਖੇਗਾ ਜਦੋਂ ਤੱਕ ਸਾਡਾ ਘਰ ਆਜ਼ਾਦ ਨਹੀਂ ਹੋ ਜਾਂਦਾ, ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ। ਔਰ ਉਹਨਾਂ ਨੇ ਆਪਣੀਆਂ ਉਸ ਗੱਲ ਦੇ ਉੱਤੇ ਅਖੀਰਲੀ ਦਮ ਤੱਕ ਪਹਿਰਾ ਦਿੱਤਾ ਔਰ ਕੈਦ ਹਟਾਉਂਦਿਆਂ ਤੇ ਜਲਾਵਤਨੀ ਹਟਾਉਂਦਿਆਂ ਕਿਤੇ ਵੀ ਐਸਾ ਪੁਆਇੰਟ ਜਾਂ ਐਸਾ ਵਕਤ ਨਹੀਂ ਆਇਆ ਜਿੱਦਣ ਕਿਤੇ ਉਹਨਾਂ ਦੀਆਂ ਲਿਖਤਾਂ 'ਚ ਜਾਂ ਬੋਲਾਂ 'ਚੋਂ ਕਿਤੇ ਲੱਗਿਆ ਹੋਵੇ ਕਿ ਗਜਿੰਦਰ ਸਿੰਘ ਜੀ ਇੱਕ ਕਦਮ ਵੀ ਥਿੜਕਿਆ ਹੋਵੇ। ਸੋ ਉਹਨਾਂ ਦੀ ਉਸ ਦ੍ਰਿੜਤਾ ਨੂੰ, ਉਹਨਾਂ ਦੀ ਉਸ ਡੈਡੀਕੇਸ਼ਨ ਨੂੰ ਔਰ ਉਹਨਾਂ ਦੀ ਦੂਰ ਦ੍ਰਿਸ਼ਟੀ ਨੂੰ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਵੇਖਿਆ ਜਾ ਸਕਦਾ ਹੈ। ਔਰ ਅਸੀਂ ਜਿਹੜੀ ਅਗਲੀ ਪੀੜ੍ਹੀ ਹੈ ਦਲ ਖਾਲਸਾ ਦੀ ਜਾਂ ਜਿਹੜੀ ਸਿੱਖਾਂ ਦੀ ਅਗਲੀ ਪੀੜ੍ਹੀ ਆ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਉਂਦੇ ਜੀ ਔਰ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੀ ਕਿ ਉਹਨਾਂ ਦੀ 3 ਜੁਲਾਈ ਨੂੰ ਇਸੇ ਸਾਲ ਡੈਥ ਹੋਈ ਆ, ਉਸ ਤੋਂ ਬਾਅਦ ਵੀ ਤਾਂ ਉਹਨਾਂ ਦੇ ਜਿਉਂਦੇ ਜੀ ਸਾਡੇ ਵਾਲੀ ਪੀੜ੍ਹੀ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਲਿਖਤਾਂ ਨੂੰ ਪਿਆਰ ਦਿੱਤਾ ਆ, ਇਹ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਸਾਡੇ ਮਰਹੂਮ ਆਗੂ ਦੇ ਵਿਚਾਰਾਂ ਨੂੰ ਕੌਮ ਦੇ ਵਿੱਚ ਇਹ ਪਿਆਰ ਮਿਲਿਆ ਔਰ ਉਹਨਾਂ ਨੇ ਉਹ ਪਿਆਰ ਖੱਟਿਆ ਆ, ਕਮਾਇਆ ਆ। ਸੋ ਸਾਨੂੰ ਉਹਨਾਂ 'ਤੇ ਮਾਣ ਆ। ਸੋ ਉਹਨਾਂ ਦੇ ਜਲਾਵਤਨੀ ਦਿਹਾੜੇ ਦੇ ਮੌਕੇ ਵੈਸੇ ਹਰ ਸਾਲ ਦਲ ਖਾਲਸਾ ਵੱਲੋਂ ਉਹਨਾਂ ਦਾ ਇਹ ਦਿਨ ਮਨਾਇਆ ਜਾਂਦਾ ਰਿਹਾ, ਪਿਛਲੇ ਦਿਨਾਂ ਦੇ ਵਿੱਚ ਵੀ, ਪਿਛਲੇ ਸਾਲਾਂ ਦੇ ਵਿੱਚ ਵੀ। ਇਸ ਵਾਰ ਉਹਨਾਂ ਦੀ ਇਸ ਕੁਰਬਾਨੀ ਨੂੰ ਸਿਜਦਾ ਕਰਦੇ ਹੋਇਆ, ਉਹਨਾਂ ਨੂੰ ਯਾਦ ਕਰਦੇ ਹੋਇਆ ਸੈਮੀਨਾਰਸ ਦੀ ਲੜੀ ਜਿਹੜੀ ਆ ਉਹ ਤੋਰੀ ਜਾਏਗੀ। ਉਸਦੀ ਸ਼ੁਰੂਆਤ 29 ਸਤੰਬਰ ਨੂੰ, ਜਿਸ ਦਿਨ ਉਹ ਆਪਣਾ ਘਰ ਪਰਿਵਾਰ ਛੱਡ ਕੇ ਗਏ ਸੀ ਤਾਂ ਕਿ ਕੌਮ ਦਾ ਘਰ ਬਣ ਸਕੇ ਔਰ ਕੌਮ ਦੇ ਮਸਲੇ ਜਿਹੜੇ ਆ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਜਾਗਰ ਕੀਤੇ ਜਾਣ। ਉਸੇ ਦਿਨ 29 ਸਤੰਬਰ ਦਿਨ ਐਤਵਾਰ ਦਲ ਖਾਲਸਾ ਵੱਲੋਂ ਗੁਰਦਾਸਪੁਰ ਦੇ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਜਾਏਗਾ ਜਿਸ ਦਾ ਵਿਸ਼ਾ ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ। ਸ਼ਹੀਦ ਕਿਉਂਕਿ ਸੰਤਾਂ ਦੇ ਨਾਲ ਗਜਿੰਦਰ ਸਿੰਘ ਹੋਣਾ ਦਾ ਇੱਕ ਡੂੰਘਾ ਪਿਆਰ ਰਿਹਾ, ਇੱਕ ਸਾਂਝ ਰਹੀ ਆ ਸ਼ਹੀਦਾਂ ਦੇ ਨਾਲ, ਉਹਨਾਂ ਦੀ ਸਾਂਝ ਰਹੀ ਆ। ਸੋ ਜਿੰਨੇ ਵੀ ਸ਼ਹੀਦ ਸਿੱਖ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਦਿਆ, ਜਿਹੜਾ ਸੰਘਰਸ਼ ਲੜਿਆ ਪਿਛਲੇ 40 ਸਾਲ ਤੋਂ ਕੌਮ ਲੜ ਰਹੀ ਆ, ਉਸ ਸੰਘਰਸ਼ ਦੀ ਲਗਾਤਾਰਤਾ ਔਰ ਆਜ਼ਾਦੀ ਦਾ ਰਾਹ ਅੱਗੇ ਉਲੀਕਣ ਦੇ ਲਈ ਇਹ ਸੈਮੀਨਾਰ ਕੀਤਾ ਜਾਏਗਾ 29 ਸਤੰਬਰ ਦਿਨ ਐਤਵਾਰ ਗੁਰਦਾਸਪੁਰ ਦੇ ਵਿੱਚ ਮੋਹਨ ਵਿਲਾ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾਵੇਗਾ। ਸੋ ਪਾਰਟੀ ਵੱਲੋਂ ਆਪਣੇ ਮਰਹੂਮ ਆਗੂ ਨੂੰ ਯਾਦ ਕਰਦਿਆਂ ਔਰ ਸੰਤ ਜਰਨੈਲ ਸਿੰਘ ਉਹਨਾਂ ਤੋਂ ਬਾਅਦ ਚੱਲੇ ਸਾਰੇ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਔਰ ਇਸ ਸੰਘਰਸ਼ ਨੂੰ ਅੱਗੇ ਤੋਰਦਿਆਂ ਇਹ ਪਾਰਟੀ ਪ੍ਰੋਗਰਾਮ ਉਲੀਕਿਆ ਗਿਆ ਹੈ। ਸੋ ਅਸੀਂ ਜਿੰਨੇ ਵੀ ਉਸ ਏਰੀਏ ਦੀ ਸਿੱਖ ਸੰਗਤ ਆ ਜਾਂ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਦਾ ਹਿੱਸਾ ਜ਼ਰੂਰ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।